ਮੁੰਡਾ ਸੁਜਿੰਦਰ ਲੋਕੋ ਵਾਲਾ ਉਹਦਾ ਘੋੜਿਆਂ ਵਾਲੇ ਨਾਲ ਵਿਵਾਦ ਸ਼ੁਰੂ ਹੋਇਆ ਉਹਦੇ ਚੱਕ ਕੇ ਆਰਮਜੈਕਟ ਦਾ ਪਰਚਾ ਦੇ ਕੇ ਇੱਥੇ ਉੱਕੋ ਵਾਲੇ ਲਿਆਏ ਜਿਹੜਾ ਸਪੈਸ਼ਲ ਬਣਿਆ ਹੋਇਆ ਮਹਾਰਾਜ ਕੱਲ੍ਹ ਦਾ ਲਿਆਂਦਾ ਉਹਦੇ ਸੰਬੰਧ ਪਤਾ ਨਹੀਂ ਕਿਹੜੇ ਗੈਂਗਸਟਰ ਨਾਲ ਜੁੜੀ ਹੈ ਕਾਰਨ ਉਹਦਾ ਕੀ ਹੈ ਉਹਨੇ 2017 ਦੇ ਵਿੱਚ ਇਸੇ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਇੱਕ ਵੀਡੀਓ ਪਾਈ ਸੀਗੀ ਇਹਦੇ ਖਿਲਾਫ ਰੱਖ ਲਓ ਜਾਂ ਇਹਦੀਆਂ ਜਿਹੜੀਆਂ ਨੀਤੀਆਂ ਜਗਜਾਹਰ ਕੀਤੀਆਂ ਸੀਗੀਆਂ ਉਹ ਐਡੀ ਘਰੋੜ ਰੱਖਦਾ 6 ਸਾਲ ਬਾਅਦ ਉਹਨੇ ਮੌਕਾ ਲੱਗਿਆ ਟੰਗਦਾ ਇਹਦਾ ਇੱਥੋਂ ਤੱਕ ਗਏ ਖੜੇ ਆ ਵੀ ਕੋਈ ਬੰਦੇ ਨੂੰ ਇਹ ਬੋਲਣ ਨਹੀਂ ਦੇ ਰਹੇ ਸਾਡੇ ਬੰਦੇ ਹੋਏ ਹੋਏ ਪਏ ਹੁਣ ਮੈਂ ਉਹੀ ਗੱਲ ਤੁਹਾਡੇ ਮੀਡੀਆ ਦੀ ਕਰਦਾ ਵੀ ਅੱਜ 100 ਪੱਤਰਕਾਰ ਨੂੰ ਸੁਨੇਹਾ ਭੇਜਿਆ ਗੱਲ ਤਾਂ ਯਾਰ ਅਸੀਂ ਕਿਹੜਾ ਆਪਣੀ ਕਰਨ ਆਏ ਹਾਂ ਅਸੀਂ ਤਾਂ ਪੰਜਾਬ ਦੀ ਗੱਲ ਕਰਨੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਹਾਂ ਇਹਨੇ ਤਾਂ ਇਹ ਵੀ ਕਹਿੰਦਾ ਨਜ਼ਰ ਆ ਰਿਹਾ ਕਿ ਅਸੀਂ ਵੀ ਪੰਜਾਬ ਦੀ ਗੱਲ ਕਰ ਰਹੇ ਹਾਂ ਅਸੀਂ ਪੰਜਾਬ ਦੀ ਹਰ ਇੱਕ ਦੀ ਆਵਾਜ਼ ਦਿਖਾ ਰਹੇ ਹਾਂ ਕਿਹੜੀ ਕਿਉਂ ਨਹੀਂ ਦੇਖਦੇ ਕਈ ਮੀਡੀਆ ਕਹਿੰਦੇ ਅੱਜ ਮੈਂ ਜਿਹੜੇ ਮੈਂ ਤੱਥ ਰੱਖ ਰਿਹਾ ਜੇ ਹੈ ਕੋਈ ਜੁਰਤ ਦਿਖਾਉਣ ਲੋਕਾਂ ਨੂੰ ਦੱਸਣ ਇਹ ਲੱਤਾਂ ਕੰਮ ਦੀਆਂ ਮੂਤ ਨਿਕਲ ਜਾਂਦਾ ਬਾਈ ਕਿੱਥੇ ਦਿਖਾਉਣਗੇ ਦਿਖਾਉਣ ਫਿਰ ਜਿਹੜੀ ਗੱਲ ਆ ਮੁੰਡਾ ਸੁਜਿੰਦਰ ਲੋਕੋ ਵਾਲਾ ਉਹਦਾ ਘੋੜਿਆਂ ਵਾਲੇ ਨਾਲ ਵਿਵਾਦ ਸ਼ੁਰੂ ਹੋਇਆ ਉਹਦੇ ਚੱਕ ਕੇ ਆਰਮਜੈਕਟ ਦਾ ਪਰਚਾ ਦੇ ਕੇ ਇੱਥੇ ਉੱਕੋ ਵਾਲੇ ਲਿਆਏ ਜਿਹੜਾ ਸਪੈਸ਼ਲ ਬਣਿਆ ਹੋਇਆ ਕੱਲ ਦਾ ਲਿਆਂਦਾ ਉਹਦੇ ਸੰਬੰਧ ਪਤਾ ਨਹੀਂ ਕਿਹੜੇ ਗੈਂਗਸਟਰ ਨਾਲ ਜੁੜੀ ਹੈ ਕਾਰਨ ਉਹਦਾ ਕੀ ਹੈ ਉਹਨੇ 2017 ਦੇ ਵਿੱਚ ਇਸੇ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਇੱਕ ਵੀਡੀਓ ਪਾਈ ਸੀਗੀ ਇਹਦੇ ਖਿਲਾਫ ਰੱਖ ਲਓ ਜਾਂ ਇਹਦੀਆਂ ਜਿਹੜੀਆਂ ਨੀਤੀਆਂ ਜਗਜਾਹਰ ਕੀਤੀਆਂ ਸੀਗੀਆਂ ਉਹ ਐਡੀ ਘਰੋੜ ਰੱਖਦਾ 6 ਸਾਲ ਬਾਅਦ ਉਹਨੇ ਮੌਕਾ ਲੱਗਿਆ ਟੰਗਦਾ ਇਹਦਾ ਇੱਥੋਂ ਤੱਕ ਗਏ ਖੜੇ ਆ ਵੀ ਕੋਈ ਬੰਦੇ ਨੂੰ ਇਹ ਬੋਲਣ ਨਹੀਂ ਦੇ ਰਹੇ ਸਾਡੇ ਬੰਦੇ ਹੋਏ ਹੋਏ ਪਏ ਹੁਣ ਮੈਂ ਉਹੀ ਗੱਲ ਤੁਹਾਡੇ ਮੀਡੀਆ ਦੀ ਕਰਦਾ ਵੀ ਅੱਜ 100 ਪੱਤਰਕਾਰ ਨੂੰ ਸੁਨੇਹਾ ਭੇਜਿਆ ਗੱਲ ਤਾਂ ਯਾਰ ਅਸੀਂ ਕਿਹੜਾ ਆਪਣੀ ਕਰਨ ਆਏ ਹਾਂ ਅਸੀਂ ਤਾਂ ਪੰਜਾਬ ਦੀ ਗੱਲ ਕਰਨੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਹਾਂ ਇਹਨੇ ਤਾਂ ਇਹ ਵੀ ਕਹਿੰਦਾ ਨਜ਼ਰ ਆ ਰਿਹਾ ਕਿ ਅਸੀਂ ਵੀ ਪੰਜਾਬ ਦੀ ਗੱਲ ਕਰ ਰਹੇ ਹਾਂ ਅਸੀਂ ਪੰਜਾਬ ਦੀ ਹਰ ਇੱਕ ਦੀ ਆਵਾਜ਼ ਦਿਖਾ ਰਹੇ ਹਾਂ ਕਿਹੜੀ ਕਿਉਂ ਨਹੀਂ ਦੇਖਦੇ ਕਈ ਮੀਡੀਆ ਕਹਿੰਦੇ ਅੱਜ ਮੈਂ ਜਿਹੜੇ ਮੈਂ ਤੱਥ ਰੱਖ ਰਿਹਾ ਜੇ ਹੈ ਕੋਈ ਜੁਰਤ ਦਿਖਾਉਣ ਲੋਕਾਂ ਨੂੰ ਦੱਸਣ ਇਹ ਲੱਤਾਂ ਕੰਮ ਦੀਆਂ ਮੂਤ ਨਿਕਲ ਜਾਂਦਾ ਬਾਈ ਕਿੱਥੇ ਦਿਖਾਉਣਗੇ ਦਿਖਾਉਣ ਫਿਰ ਜਿਹੜੀ ਗੱਲ ਆ ਤਾਂ